ਨਸ਼ੇ ਕਰਕੇ ਹੋਇਆ ਹੈ। ਸਾਨੂੰ ਇਨਸਾਫ ਚਾਹੀਦਾ, ਮੇਰੇ ਨਿੱਕੇ ਨਿੱਕੇ ਬੱਚੇ ਸਾਡੀ ਜ਼ਿੰਦਗੀ ਰੋਲ ਗਈ ਹੈ, ਸਾਡੇ ਲਈ ਇਨਸਾਫ ਚਾਹੀਦਾ ਹੈ। ਕੀ ਗੱਲ ਕੀ ਹੋਈ ਹੈ? ਨਸ਼ੇ ਕਰਦਾ ਦਾਰੂ ਪੀ ਕੇ ਵਿੱਚ ਚਿੱਟਾ, ਸਾਡੇ ਪਿੰਡ 'ਚ ਅਜੇ ਤੱਕ ਕੋਈ ਨਸ਼ਾ ਬੰਦ ਨਹੀਂ ਹੋਇਆ, ਜਿਹੜੇ ਵੇਚਦੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਕਿੰਨੇ ਕੁ ਬੰਦੇ ਵੇਚਦੇ ਨੇ? ਸਾਰਾ ਪਿੰਡ ਹੀ ਵੇਚਣ ਵਾਲਾ ਹੈ। ਸਰ, ਅੱਜ ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਘਟਨਾ ਜਿਹੜੀ ਵਾਪਰੀ ਆ ਬਹੁਤ ਮੰਦਭਾਗੀ ਵਾਪਰੀ ਹੈ ਕਿ ਜੋ ਨਸ਼ਾ ਸਰਕਾਰ ਨੇ ਸਰਕਾਰ ਬਣਨ ਵੇਲੇ ਜੋ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਵੀ ਇਹ ਵਾਅਦਾ ਇੱਕ ਸੀ ਕਿ ਇੱਕ ਹਫ਼ਤੇ ਨਸ਼ਾ ਖਤਮ ਕਰਾਂਗੇ। ਅੱਜ ਸਰਕਾਰ ਜਿਹੜੀ ਆ ਉਸੇ ਤਰ੍ਹਾਂ ਕੌਮ ਦੀ ਨੀਤ ਤਰ੍ਹਾਂ ਸੁੱਤੀ ਪਈ ਆ। ਸਰਕਾਰ ਨੂੰ ਇੰਨੇ ਨੌਜਵਾਨ ਜਿਹੜੇ ਉਹ ਨਸ਼ਾ ਖਾ ਕੇ ਮੌਤਾਂ ਹੁੰਦੀਆਂ ਵਾ, ਔਰ ਜਿਹੜੇ ਨਸ਼ਾ ਵੇਚਦੇ ਆ ਉਹਨਾਂ 'ਤੇ ਕੋਈ ਕਾਰਵਾਈ ਸਰਕਾਰ ਨਹੀਂ ਕਰ ਰਹੀ। ਜੋ ਗਰੀਬ ਲੋਕ ਖਾਂਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਸੁੱਟਦੀ ਆ, ਔਰ ਵੇਚਣ ਵਾਲਿਆਂ ਨੂੰ ਕੁਛ ਨਹੀਂ ਕਹਿੰਦੀ, ਉਹਨਾਂ ਕੋਲ ਮਹੀਨੇ ਦਾ ਪਰ ਮਹੀਨਾ ਜਾ ਰਿਹਾ ਵਾ। ਇਸੇ ਤਰ੍ਹਾਂ ਮਤਲਬ ਕਿ ਨੌਜਵਾਨ ਜਿਹੜੇ ਆ ਮੌਤ ਹੋ ਰਹੀ ਆ। ਸਰ, ਅੱਜ ਜਿਹੜੀ ਘਟਨਾ ਇਹ ਵਾਪਰੀ ਹੈ ਇਹਦੇ ਬਾਰੇ ਕੀ? ਇਹ ਘਟਨਾ ਤੁਹਾਡੇ ਸਾਹਮਣੇ ਜੋ ਮੰਦਭਾਗੀ ਵਾਪਰੀ ਹੈ ਨਸ਼ੇ ਦੇ ਅੰਦਰ, ਇਹ ਤੁਹਾਡੇ ਸਾਹਮਣੇ ਸਾਰਾ ਨਸ਼ਾ ਖਾਧਾ ਕਰਕੇ ਵਾਪਰੀ ਹੈ। ਸਰ, ਕੈਪਟਨ ਸਾਹਿਬ ਨੇ ਇੱਕ ਨਾ ਸਹੁੰ ਖਾਧੀ ਸੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ, ਉਹਦੇ ਬਾਰੇ ਕੀ ਕਹੋਗੇ? ਉੱਥੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ, ਨਸ਼ਾ ਬੰਦ ਕਰਾਂਗੇ, ਪਰ ਉਹ ਸਹੁੰ ਜਿਹੜੀ ਆ ਉੱਥੋਂ ਦਾ ਘੀਰਾ ਗਿਆ, ਗਾਂ ਨਹੀਂ ਵਧੀ। ਇਹਨਾਂ ਨੂੰ ਕੋਈ ਸਹੁੰ ਦਾ ਕੋਈ ਮਤਬਲ ਨਹੀਂ ਗਾ ਕੈਪਟਨ ਸਾਹਿਬ ਨੂੰ। ਉਹਨਾਂ ਨੇ ਸਰਕਾਰ ਬਣਾਉਣੀ ਸੀ ਬਣਾਉਣੀ, ਪਰ ਹੁਣ ਜਿਹੜਾ ਉਹ ਸਰਕਾਰ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ। ਅਸੀਂ ਇਹ ਚਾਹੁੰਦੇ ਹਾਂ ਕਿ ਜੋ ਇਹ ਘਟਨਾ ਹੋਈ ਆ ਇੱਥੇ ਪੂਰੀ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ। ਜਿਹੜੇ ਨਸ਼ਾ ਵੇਚਦੇ ਆ ਉਹਨਾਂ 'ਤੇ ਹੋਣੀ ਚਾਹੀਦੀ ਆ, ਪੁਲਿਸ ਮੁਲਾਜ਼ਮਾਂ 'ਤੇ ਵੀ ਠੱਲ ਪਾਉਣੀ ਚਾਹੀਦੀ ਆ, ਪੁਲਿਸ ਮੁਲਾਜ਼ਮ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਵਾ ਉਹ ਇਸ ਲਾਈਨ ਦੇ ਵਿੱਚ ਖੜੇ ਕਰਨਾ ਚਾਹੀਦਾ ਵਾ। ਹਾਂਜੀ ਸਰ, ਕੀ ਨਾਮ ਜੀ? ਮੇਰਾ ਨਾਮ ਚਰਨਜੀਤ ਸਿੰਘ ਥੰਮੂਵਾਲਾ। ਅੱਛਾ ਜੀ, ਪਿਛਲੀ ਸਰਕਾਰ ਵਾਲੇ ਡੀ ਜੀ ਪੀ ਸਾਹਿਬ ਸੁਰੇਸ਼ ਹੁੰਦਾ ਜਿਹੜੇ ਹੁਣ ਵੀ ਡੀ ਜੀ ਪੀ ਨੇ, ਉਹ ਬਾਹੂ ਪਰ ਇਸ ਕਰਕੇ ਆਏ ਸੀ ਕਿ ਇੱਥੇ ਨਸ਼ਾ ਵੱਧ ਵਿਕਦਾ। ਮੈਂ ਉਦੋਂ ਵੀ ਉੱਠ ਕੇ ਗਿਆ ਸੀ, ਮੈਂ ਕਿਹਾ ਡੀ ਜੀ ਪੀ ਸਾਹਿਬ, ਮੈਂ 1984 'ਚ ਪੰਜਾਬ ਤਬਾਹ ਹੁੰਦਾ ਦੇਖਿਆ, ਹੁਣ ਉਸ ਵੇਲੇ ਧਰਮ ਦੇ ਨਾਂ ਇਰਤਬਾਹ ਕੀਤਾ ਜਾ ਰਿਹਾ ਸੀ, ਹੁਣ ਨਸ਼ਾ ਦੀ ਪਾਠ ਇਰਤਬਾਹ ਕੀਤਾ ਜਾ ਰਿਹਾ। 30% ਦੀ ਪੁਲਿਸ ਮੁਲਾਜ਼ਮ ਤੁਹਾਡੇ ਨਸ਼ਾ ਵਿੱਚ ਨਾਲ ਰਲੇ ਹੋਏ ਆ, ਜਿਹਦੇ ਨਾਲ ਪੰਜਾਬ ਦੀ ਤਬਾਹੀ ਹੋ ਰਹੀ ਆ। ਤੁਸੀਂ ਇਹ 'ਚ ਕਾਬੂ ਨਾ ਕੀਤਾ ਤਾਂ ਪੰਜਾਬ ਹੋਰ ਤਬਾਹ ਹੋਏਗਾ। ਹੋਰ ਨਹੀਂ ਹੋਏ, ਸਰਕਾਰ ਬਦਲ ਗਈ ਪਰ ਨਸ਼ਾ ਵੇਚਣ ਵਾਲਿਆਂ ਨੇ ਆਕਾ ਬਦਲ ਲਏ, ਆਕਾ ਬਦਲ ਲਏ, ਜਿਹਦਾ ਕਰਕੇ ਅੱਜ ਮੌਤਾਂ ਹੋ ਰਹੀਆਂ, ਰੋਜ਼ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ, ਰੋਜ਼ ਨਸ਼ੀਲੇ ਪਦਾਰਥਾਂ ਨਾਲ ਮੌਤਾਂ ਹੋ ਰਹੀਆਂ। ਸਵੇਰੇ ਜਦੋਂ ਅਸੀਂ ਤੁਰੇ ਹਾਂ, ਮੈਂ ਕਹਿਣਾ ਚਾਹੁੰਦਾ ਤੁਹਾਡੇ ਪੁਲਿਸ ਦੀ ਹਾਜ਼ਰੀ 'ਚ ਕਿ ਇੱਥੇ ਦੇ ਅਧਿਕਾਰੀ 2 ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, ਉਹ ਚੋਰ ਮੋਰੀਆਂ ਰਾਹੀਂ ਆਪਣੇ ਸ਼ਹਿਰ ਚਹੇਤਿਆਂ ਰਾਹੀਂ ਸੌਦਾ ਕਰਨਾ ਚਾਹੁੰਦੇ ਆ ਕਿ ਸ਼ਾਇਦ ਡੈੱਡ ਬੋਡੀ ਚੁੱਕੀ ਜਾਏਗੀ। ਪਰ ਮੈਂ ਕਹਿਣਾ ਚਾਹੁੰਦਾ ਡੈੱਡ ਬੋਡੀ ਉਦੋਂ ਤੱਕ ਨਹੀਂ ਚੁੱਕੀ ਜਾਏਗੀ ਜਿਨ੍ਹਾਂ ਨੇ ਇਹਨੂੰ ਨਸ਼ਾ ਪਿਆਇਆ। ਪੂਰੀ ਇਨਕੁਆਇਰੀ ਨਹੀਂ ਬਿਠਾਉਂਦਾ, ਇਹਨਾਂ ਬੱਚਿਆਂ ਦਾ ਮੁੜ ਮਸੇਬੇ ਦਾ ਪ੍ਰਬੰਧ ਨਹੀਂ ਕਰਦੇ, ਉਹਨਾਂ ਚਿਰ ਪੁਲਿਸ ਦਾ ਸਿਆਪਾ ਸਰਕਾਰ ਦਾ ਸਿਆਪਾ ਇੱਥੇ ਕਰਦੇ ਰਵਾਂਗੇ। ਇਹ ਤੇ ਬੋਟੀ ਲੈ ਕੇ ਬੈਠਾਂਗੇ, ਇਹ ਟ੍ਰੈਫਿਕ ਜਾਮ ਕਰਨ 'ਚ, ਇਹ ਬਾਹਰ ਦਾ ਮਾਹੌਲ ਖਰਾਬ ਕਰਨ 'ਚ ਸਰਕਾਰ ਅਤੇ ਪੁਲਿਸ ਦਾ ਕਸੂਰ ਆ। ਜੇ ਪੁਲਿਸ ਜਦੋਂ ਅਸੀਂ ਆਏ ਹਾਂ ਕੋਈ ਅਧਿਕਾਰੀ ਆਉਂਦਾ ਉਹ ਵਿਸ਼ਵਾਸ ਦਵਾਉਂਦਾ, ਆਪਣੀ ਜ਼ਮੀਰ ਜਗਾਉਂਦਾ, ਉਹਨਾਂ ਦੇ ਪਰਚਾ ਦਰਜ ਕਰਦਾ। ਮੈਂ ਹੁਣ ਵੀ ਕਹਿਣਾ ਚਾਹੁੰਦਾ, ਮੈਂ ਅੱਗੇ ਵੀ ਕਹਿਣਾ ਚਾਹੁੰਦਾ ਸਰ, ਕਿ ਜਦ ਤੱਕ ਜਿਵੇਂ ਕਿ ਕੈਪਟਨ ਸਾਹਿਬ ਨੇ ਪੁਲਿਸ ਦਾ ਸਿਆਸੀਕਰਨ ਹੋ ਗਿਆ ਪਿਛਲੇ 15 ਸਾਲਾਂ ਤੋਂ, ਇਹ ਸਿਆਸੀਕਰਨ ਖਤਮ ਨਹੀਂ ਹੁੰਦਾ। ਸਿੰਘ ਉਰਫ ਕਾਲੀ ਜਿਹੜਾ ਇਹ ਪਿੰਡ ਬਾਹੋਵਾਲ ਦਾ ਲੜਕਾ ਸੀਗਾ, 27-28 ਬਾਹੋਵਾਲ, ਇਹ 27-28 ਸਾਲ ਇਹ ਬੱਚੇ ਦੀ ਉਮਰ ਸੀਗੀ ਜਿਹਦੀ ਅੱਜ ਸਵੇਰੇ ਮਤਲਬ ਡੈਥ ਹੋ ਗਈ ਹੈ। ਲੋਕਾਂ ਦੀ ਰਿਜੈਂਟਮੈਂਟ ਸੀਗੀ ਕਿ ਬੱਚਾ ਓਵਰਡੋਜ਼ ਕਰਕੇ ਇਹਦੀ ਡੈਥ ਹੋਈ ਹੈ, ਔਰ ਇਸ ਕਰਕੇ ਇਹਨਾਂ ਨੇ ਇੱਥੇ ਧਰਨਾ ਵਗੈਰਾ ਲਗਾਇਆ ਸੀਗਾ। ਬਟ ਉਹ ਸਾਰੇ ਜ਼ਿੰਮੇਵਾਰ ਬੰਦਿਆਂ ਨੂੰ, ਸ਼ਹਿਰ ਦੇ ਪ੍ਰਧਾਨ ਔਰ ਲਾਗੇ ਦੇ ਜ਼ਿੰਮੇਵਾਰ ਵਿੱਚ ਬੰਦੇ ਪੈ ਕੇ ਉਹ ਇਸ ਚੀਜ਼ ਨੂੰ ਲੈ ਗਏ ਡੈੱਡ ਬੋਡੀ ਨੂੰ ਆਪਣਾ ਸੰਸਕਾਰ ਕਰਾਉਣ ਵਾਸਤੇ। ਸਰ, ਕੀ ਫੈਸਲਾ ਹੋਇਆ ਜੀ ਇਹਨਾਂ? ਫੈਸਲਾ ਉਹਦੇ ਵਿੱਚ ਇਹ ਆ, ਉਹਨਾਂ ਦੇ ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਡਿਮਾਂਡ ਸੀ ਵੀ ਸਾਡੇ ਪਿੰਡ ਦੇ ਵਿੱਚ ਨਸ਼ੇ ਸੰਬੰਧੀ ਕੁਛ ਐਕਸ਼ਨ ਵਗੈਰਾ ਲਿਆ ਜਾਵੇ, ਤਾਂ ਉਹ ਅਸੀਂ ਆਲਰੇਡੀ ਕਰ ਵੀ ਰਹੇ ਔਰ ਕਰਾਂਗੇ ਡੈਫੀਨੇਟਲੀ। ਸਰ, ਜਿਹੜੇ ਕੋਈ ਬੰਦਿਆਂ ਦਾ ਨਾਮ ਲੈ ਰਹੇ ਸੀ ਵੀ ਉਹ ਬੰਦੇ ਜਿਹੜੇ ਨਸ਼ਾ ਵੇਚਦੇ ਹੈਗੇ, ਅਸੀਂ ਵੈਰੀਫਾਈ ਕਰਾਂਗੇ ਸਾਰੇ ਬੰਦੇ, ਜੋ ਜੇ ਵਾਕਿਆ ਕੋਈ ਵੇਚਦਾ ਉਹਦੇ ਖਿਲਾਫ਼ ਕ੍ਰਿਮੀਨਲ ਕੇਸ ਦਰਜ ਕਰਾਂਗੇ।